ਮਾਮਲਾ ਇਹਨਾਂ ਆਪਣੇ ਮਾਤਾ ਅਤੇ ਭਰਜਾਈ ਦੇ ਛੋਟਾ ਜਿਹਾ ਬੱਚਾ ਉਹਨਾਂ ਦਾ ਕਤਲ ਕੀਤਾ ਸੀ, ਇਹਨੂੰ ਕੱਲ੍ਹ ਗ੍ਰਿਫਤਾਰ ਕੀਤਾ ਸੀ, ਅੱਜ ਮਾਨਯੋਗ ਅਦਾਲਤ ਪੇਸ਼ ਕੀਤਾ, ਹੁਣ ਇਹਨੇ ਜੁਡੀਸ਼ੀਅਲ ਲੈ ਚੱਲਿਆ ਜੇਲ੍ਹ ਛੱਡ ਗਿਆ। ਕਿੰਨੇ ਦਿਨ ਦਾ ਰਿਮਾਂਡ ਮਿਲਿਆ? ਰਿਮਾਂਡ ਨਹੀਂ ਲਿਆ, ਮਿਲਿਆ ਨਹੀਂ ਸੀ, ਜੁਡੀਸ਼ੀਅਲ ਦੀ ਤਫਤੀਸ਼ ਮੁਕੰਮਲ ਹੋ ਗਈ। ਕਾਰਨ ਕੋਈ ਪਤਾ ਲੱਗ ਸਕੇ ਕੀ ਕਾਰਨ? ਕਾਰਨ ਇਹਨਾਂ ਦਾ ਆਪਣਾ ਘਰੇਲੂ ਝਗੜਾ ਸੀ ਜੀ। ਮਾਮਲਾ ਇਹਨਾਂ ਆਪਣੇ ਮਾਤਾ ਅਤੇ ਭਰਜਾਈ ਦੇ ਛੋਟਾ ਜਿਹਾ ਬੱਚਾ ਉਹਨਾਂ ਦਾ ਕਤਲ ਕੀਤਾ ਸੀ, ਇਹਨੂੰ ਕੱਲ੍ਹ ਗ੍ਰਿਫਤਾਰ ਕੀਤਾ ਸੀ, ਅੱਜ ਮਾਨਯੋਗ ਅਦਾਲਤ ਪੇਸ਼ ਕੀਤਾ, ਹੁਣ ਇਹਨੇ ਜੁਡੀਸ਼ੀਅਲ ਲੈ ਚੱਲਿਆ ਜੇਲ੍ਹ ਛੱਡ ਗਿਆ। ਕਿੰਨੇ ਦਿਨ ਦਾ ਰਿਮਾਂਡ ਮਿਲਿਆ? ਰਿਮਾਂਡ ਨਹੀਂ ਲਿਆ, ਮਿਲਿਆ ਨਹੀਂ ਸੀ, ਜੁਡੀਸ਼ੀਅਲ ਦੀ ਤਫਤੀਸ਼ ਮੁਕੰਮਲ ਹੋ ਗਈ। ਕਾਰਨ ਕੋਈ ਪਤਾ ਲੱਗ ਸਕੇ ਕੀ ਕੀ ਕਾਰਨ? ਕਾਰਨ ਇਹਨਾਂ ਦਾ ਆਪਣਾ ਘਰੇਲੂ ਝਗੜਾ ਸੀ ਜੀ, ਇਹਦੀ ਮਿਸਿਜ ਜਿਹੜੀ ਰੁਸ ਕੇ ਗਈ ਸੀ ਡੇਢ ਕੁ ਸਾਲ ਤੋਂ ਪਹਿਲਾਂ, ਅਤੇ ਉਹਦੇ ਕਰਕੇ ਇਹਨਾਂ ਦੇ ਪਰਿਵਾਰਕ ਵਿੱਚ ਝਗੜਾ ਚੱਲਦਾ ਸੀ ਜਾਂਦੀ। ਮੇਰੀ ਮਾਤਾ 'ਤੇ ਦੋਸ਼ ਲਾਉਂਦੇ ਸੀ, ਭਰਜਾਈ 'ਤੇ ਵੀ ਉਹਨਾਂ ਘਰੇ ਘਰੋਂ ਕੱਢਿਆ, ਇਸ ਕਰਕੇ ਅਸੀਂ ਡਿਪਰੈਸ਼ਨ ਦਾ ਵੀ ਕਿਹਾ ਜਾ ਰਿਹਾ ਡਿਪਰੈਸ਼ਨ? ਹਾਂਜੀ ਹਾਂਜੀ, ਉਹੀ ਆਪਣੇ ਮਨ 'ਚ ਰੱਖਦਾ ਵੀ ਮੇਰੀ ਮਿਸਿਜ ਨੂੰ ਇਹਨਾਂ ਨੇ ਵੀ ਘਰ ਨਹੀਂ ਆਉਂਦੇ, ਲੜ ਲੁੜ ਕੇ ਕੱਢਿਆ ਇਹਨਾਂ ਨੂੰ, ਇਹੋ ਗੱਲ ਹੋਈ ਸੀ ਉਸੇ ਕਰਕੇ ਘਰੋਂ। ਜੀ ਜੀ